ਸਫਾਈ ਕਿੱਦਾਂ ਲੱਗੀ ਤੁਹਾਨੂੰ? ਬਾਈ ਬਹੁਤ ਸੋਹਣੀ ਫਿਲਮ ਹੈ ਜੀ, ਖਾਸ ਕਰਕੇ ਜੋ ਇੱਕ ਮੈਸੇਜ ਦਿੱਤਾ ਗਿਆ ਉਸ ਮੈਸੇਜ ਲਈ ਸਾਰਿਆਂ ਨੂੰ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਹਾਂਜੀ, ਫਸਟ ਹਾਫ ਅਤੇ ਸੈਕਿੰਡ ਹਾਫ ਦੇ ਵਿੱਚ ਤੁਹਾਨੂੰ ਕੀ? ਸੈਕਿੰਡ ਹਾਫ ਬਹੁਤ ਬ੍ਰਿਲੀਅੰਟ ਹੈ ਜੀ, ਲਾਸਟ ਵਾਲੇ 25 ਮਿੰਟ ਮਤਲਬ ਬਹੁਤ ਇਮੋਸ਼ਨਲ ਨੇ, ਮਤਲਬ ਸ਼ਬਦ ਨਹੀਂ ਹੈਗੇ ਸਾਰਿਆਂ ਨੂੰ। ਫਸਟ ਹਾਫ ਦੇਖਦੇ ਐਕਸਪੈਕਟ ਕੀਤਾ ਸੀਗਾ ਕਿ ਐਂਡ ਵਿੱਚ ਇਸ ਤਰੀਕੇ ਦਾ? ਬਿਲਕੁਲ ਅਨਐਕਸਪੈਕਟਡ ਸੀ ਵੀ ਇੱਥੇ ਤੱਕ ਫਿਲਮ ਨੂੰ ਲੈ ਆਉਣਗੇ। ਮੈਂ ਕਹਿੰਦਾ ਬ੍ਰਿਲੀਅੰਟ ਵਰਕ ਕੀਤਾ ਸਾਰਿਆਂ ਨੇ, ਹਰੀਸ਼ ਵਰਮਾ, ਸ਼ਰਨ ਕੌਰ ਔਰ ਡਾਇਰੈਕਸ਼ਨ ਔਰ ਸਕ੍ਰਿਪਟ ਸਾਰਿਆਂ ਨੇ। ਬਣਨਾ ਚਾਹੁੰਗੇ ਕਦੀ ਇੱਦਾਂ ਦੀ ਫਿਲਮ ਦਾ ਪਾਰਟ ਤੁਸੀਂ? ਬਿਲਕੁਲ ਜੀ ਬਿਲਕੁਲ, ਅਸੀਂ ਡਰਾਮੇ ਵਾਲੇ ਹਾਂ, ਅਸੀਂ ਤਾਂ ਬਣਨਾ ਚਾਹੁੰਦੇ, ਅਸੀਂ ਤਾਂ ਥੀਏਟਰ ਵਾਲੇ ਹਾਂ। ਬਿਲਕੁਲ, ਅਤੇ ਤੁਹਾਡੇ ਤਾਂ ਖੁਦ ਦੇ ਦਿਲ ਨੂੰ ਵੀ ਲੱਗੇ ਕਿਉਂਕਿ ਥੀਏਟਰ ਦੀ ਵੀ ਗੱਲ ਕੀਤੀ। ਬਿਲਕੁਲ ਜੀ ਬਿਲਕੁਲ, ਅਸੀਂ ਖੁਦ ਇਹੋ ਜਿਹੇ ਸੀਨ ਕਰ ਚੁੱਕੇ ਹਾਂ, ਜਿਵੇਂ ਜੋ ਕਲਾਈਮੈਕਸ ਦੇ ਵਿੱਚ ਦਿਖਾਇਆ ਗਿਆ ਸੀ, ਖੁਦ ਇੱਦਾਂ ਦੇ ਸੀਨ ਕਰਦੇ ਹਾਂ ਜਦੋਂ ਅਸੀਂ ਥੀਏਟਰ ਕਰਦੇ ਹਾਂ, ਹੈ ਨਾ, ਡਰਾਮਾ ਕਰਦੇ ਹਾਂ, ਜਿੱਦਾਂ ਹੀ ਕਹਿੰਦੇ ਸਾਡੇ ਲਈ ਤਾਂ ਬਹੁਤ ਨੇੜੇ ਦੀ ਫਿਲਮ ਹੈ ਜੀ। ਅਤੇ ਕੀ ਲੱਗਦਾ ਆਡੀਅੰਸ ਕਿੱਦਾਂ ਦਾ ਰਿਸਪੋਂਸ ਦਊਗੀ? ਹੁਣ ਤਾਂ ਵਧੀਆ ਸੀ ਰਿਸਪੋਂਸ, ਐਂਡ 'ਚ ਦੇਖੋ ਆਡੀਅੰਸ ਇੰਨਾ ਕੁ ਇਮੋਸ਼ਨਲ ਹੋ ਗਈ ਸੀ, ਨਹੀਂ ਤਾਂ ਫਿਲਮ ਤੋਂ ਬਾਅਦ ਲੋਕ ਤਾੜੀ ਵੀ ਮਾਰਦੇ ਨੇ ਔਰ ਆਡੀਅੰਸ ਬਿਲਕੁਲ ਸਟਨ ਹੋ ਗਈ ਸੀ ਵੀ ਆਹ ਕੀ ਕਿੱਥੇ ਤੱਕ ਕਿੱਥੇ ਲਿਆ ਫਿਲਮ। ਇੱਕ ਮੈਸੇਜ ਦਿੱਤਾ ਗਿਆ ਵੀ ਨਫ਼ਰਤਾਂ ਹਟਾ ਕੇ ਇੱਕ ਪਿਆਰ ਦੀ ਗੱਲ ਕੀਤੀ ਗਈ। ਬਿਲਕੁਲ, ਅਤੇ ਭਾਅ ਜੀ ਵੈਸੇ ਅਗਰ ਮੈਂ ਉਸ ਚੀਜ਼ ਬਾਰੇ ਗੱਲ ਨਹੀਂ ਕਰੂੰਗਾ ਸਪੋਇਲਰ ਹੋ ਜਾਊਗਾ, ਪਰ ਰੀਅਲ ਲਾਈਫ ਨਾਲ ਵੀ ਜੁੜੀਆਂ ਹੋਈਆਂ ਕੁਛ ਘਟਨਾਵਾਂ ਇੱਦਾਂ ਦੀਆਂ ਹੁੰਦੀਆਂ ਨੇ? ਹਾਂਜੀ ਹਾਂਜੀ, ਤੋਂ ਕਲਾਈਮੈਕਸ ਤੋਂ ਬਾਅਦ ਜੋ ਬਿਹਾਈਂਡ ਦਾ ਸੀਨਸ ਕੁਛ ਚੱਲਦਾ ਹੁੰਦਾ, ਉਹਨਾਂ ਨੇ ਐਕਸਪਲੇਨ ਵੀ ਕੀਤਾ ਸਾਰਾ ਕੁਝ ਦੇ ਵਿੱਚ ਦਿਖਾਇਆ ਗਿਆ ਉਹਨਾਂ ਨੇ, ਤੇ ਆਡੀਅੰਸ ਨੂੰ ਜ਼ਰੂਰ ਅਪੀਲ ਕਰਦਾ ਫਿਲਮ। ਹਾਂਜੀ ਸਾਰੇ ਜ਼ਰੂਰ ਦੇਖੋ ਡਰਾਮੇ ਵਾਲੇ, ਰਿਲੀਜ਼ ਹੋਣੀ ਹੈ ਜੀ 19 ਜਨਵਰੀ, ਯਾਨੀ ਕਿ ਕੱਲ੍ਹ। ਕਿੱਦਾਂ ਲੱਗੀ ਫਿਲਮ ਭਾਈ? ਬਹੁਤ ਵਧੀਆ। ਕਿਵੇਂ ਲੱਗੀ ਫਿਰ? ਬਹੁਤ ਵਧੀਆ ਭਾਜੀ ਫਿਲਮ। ਜਦੋਂ ਫਿਲਮ ਵੇਖਣ ਲਈ ਸੀਟ ਤੇ ਬੈਠੀ ਸੀ ਤੇ ਉਮੀਦ ਕੀਤੀ ਸੀ ਲਾਸਟ ਵਿੱਚ ਇਦਾਂ ਦਾ ਕੁਝ ਦੇਖ ਲਓਗੇ? ਨਹੀਂ ਭਾਜੀ, ਅਨਐਕਸਪੈਕਟਡ ਸੀਗਾ, ਵਧੀਆ ਸੀਗਾ, ਲਾਸਟ ਚ ਇਮੋਸ਼ਨ ਸੀਗਾ ਪੂਰਾ। ਤੇ ਰਿਲੇਟ ਕਰ ਪਾਏ ਤੁਸੀਂ ਮਤਲਬ ਇਦਾਂ ਦੀਆਂ ਚੀਜ਼ਾਂ? ਸਾਂਝਾ ਉਹ ਸਾਰੇ ਨੂੰ ਹੁੰਦੀ ਉਮੀਦ ਹੁੰਦੀ ਹੈ ਕਿ ਹਾਂ ਵੀ ਇੱਕ ਵਾਰੀ ਦੁਬਾਰਾ ਜੁੜੀਏ, ਉਹ ਚੀਜ਼ ਵਧੀਆ ਮੈਸੇਜ ਦਿੱਤਾ ਫਿਲਮ ਦੇ। ਫਿਲਮ 'ਚ ਹੱਸੇ ਜ਼ਿਆਦਾ ਜਾਂ ਇਮੋਸ਼ਨ ਵੱਧ? ਬਰਾਬਰ ਸੀਗਾ, ਬਰਾਬਰ ਸੀਗਾ, ਬਰਾਬਰ ਸੀਗਾ। ਠੀਕ ਹੈ, ਸਭ ਤੋਂ ਬੈਸਟ ਚੀਜ਼ ਕੀ ਲੱਗੀ ਤੁਹਾਨੂੰ? ਅਤੇ ਫਸਟ ਹਾਫ ਅਤੇ ਸੈਕਿੰਡ ਹਾਫ ਦੇ ਵਿੱਚ ਕੀ ਅਲੱਗ ਲੱਗਿਆ ਤੁਹਾਨੂੰ? ਫਸਟ ਹਾਫ ਤਾਂ ਸਿਰਫ ਇਹ ਕਿ ਆਪਾਂ ਪੰਚਿਸ ਸੁਣਦੇ ਹਾਂ ਜਾਂ ਹਾਸੇ ਮਜ਼ਾਕ ਚੱਲਦੀ ਹੈ, ਪਰ ਫਿਲਮ ਨੇ ਜੋ ਲਾਸਟ ਵਿੱਚ ਦਿਖਾਇਆ ਕਿ ਅਸਲ 'ਚ ਡਰਾਮੇ ਵਾਲੇ ਹੁੰਦੇ ਕੀ ਆ, ਉਹ ਦੁਨੀਆਂ ਨੂੰ ਕਿਵੇਂ ਭਾਵੁਕ ਕਰ ਸਕਦੇ ਆਪਣੀ ਕਲਾ ਦੇ ਨਾਲ, ਉਹ ਦੇਖਣ ਨੂੰ ਮਿਲਿਆ। ਉਹ ਅੱਛੀ ਗੱਲ ਹੈ ਕਿ ਡਰਾਮੇ ਵਾਲੇ 'ਚ ਵੀ ਪਾਵਰ ਹੈ, ਰੰਗਮੰਚ ਇੱਕ ਬਹੁਤ ਵਧੀਆ ਚੀਜ਼ ਹੈ। ਫਿਲਮ ਵਿੱਚ ਇੱਦਾਂ ਦਾ ਕਿਹੜੀ ਉਹ ਚੀਜ਼ ਸੀ ਜਾਂ ਉਹ ਕਿਹੜਾ ਇਮੋਸ਼ਨ ਸੀਗਾ ਜਿਹੜਾ ਤੁਹਾਡੇ ਅੰਦਰ ਹੈਗਾ ਸੀਗਾ ਕਿਤੇ ਨਾ ਕਿਤੇ, ਪਰ ਇਸ ਫਿਲਮ ਨੇ ਉਹਨੂੰ ਬੂਸਟ ਕੀਤਾ? ਬੂਸਟ ਜਿਸ ਚੀਜ਼ ਨੇ ਕੀਤਾ ਕਿ ਜੋ ਅਸੀਂ ਗੁਆਇਆ ਉਹ ਸਾਨੂੰ ਦਿਸਿਆ, ਅਸੀਂ ਆਪਣਾ ਜੋ ਵਿਰਸਾ ਪਿੱਛੇ ਗਵਾ ਚੁੱਕੇ ਹਾਂ, ਜੋ ਸਾਡਾ ਭਾਈਚਾਰਾ ਸਾਂਝ ਸੀ ਸਾਡੀ, ਹਾਂਜੀ, ਦੋ ਧਰਮਾਂ ਦੀ, ਉਹਨੂੰ ਅੱਜ ਪਰਦੇ 'ਤੇ ਦੇਖ ਕੇ ਮਤਲਬ ਮਹਿਸੂਸ ਹੋਇਆ ਕਿ ਉਹ ਕਿਤੇ ਨਾ ਕਿਤੇ ਅਸੀਂ ਗਵਾ ਲਿਆ ਜੀ, ਅਤੇ ਅੱਜ ਸਾਡੇ ਕੋਲ ਜੀ ਦੇਖਣ ਨੂੰ ਜੋ ਮਿਲਿਆ ਤਾਂ ਉਹਦੇ ਨਾਲ ਸਾਨੂੰ ਭਾਵੁਕਤਾ ਮਿਲੀ ਹੈ ਕਿ ਚਲੋ ਸਾਡੇ ਬੱਚਿਆਂ ਨੂੰ ਪਤਾ ਲੱਗਿਆ ਕਿ ਅਸੀਂ ਕੀ ਸੀਗੇ, ਅੱਜ ਕੀ ਹੈ। ਹਾਂਜੀ, ਅਤੇ ਮੈਂ ਲਾਸਟ ਵਿੱਚ ਇਹੀ ਕਹੂੰਗਾ ਕਿ ਆਡੀਅੰਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂ ਦੇਖਣੀ ਹੈ, ਅਤੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਫੈਮਿਲੀ ਨੂੰ ਕਿਉਂ ਦੇਖਣੀ ਚਾਹੀਦੀ? ਨੂੰ ਦੇਖਣਾ ਚਾਹੀਦਾ। ਰੀਜ਼ਨ ਕੀ ਉਸ ਚੀਜ਼? ਦੇਖੋ, ਰੀਜ਼ਨ ਦੋ ਹੋ ਸਕਦੇ ਹੈ ਮੇਰੇ ਵੱਲੋਂ। ਪਹਿਲਾਂ ਤਾਂ ਕੀ ਹੈ ਕਿ ਸਾਡੇ ਫਿਲਮ ਦੁਨੀਆ ਨੂੰ ਜਿਹੜਾ ਹੌਸਲਾ ਮਿਲਿਆ ਕਿ ਫਿਲਮ ਕੋਈ ਦੇਖਣ ਆਉਂਦਾ ਹੈ, ਤਾਂ ਉਹਨਾਂ ਦਾ ਵੀ ਹੌਸਲਾ ਵਧੇਗਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਜਿਹਦੇ ਵਿੱਚ ਕੋਈ ਭਾਵੁਕਤਾ ਵੀ ਹੋਵੇ, ਕੁਛ ਹਾਸੀ ਮਜ਼ਾਕ ਵੀ ਹੋਵੇ, ਕੁਛ ਸਟੋਰੀ ਹੋਵੇ। ਅਤੇ ਦੂਜਾ ਹੈ ਕਿ ਜੋ ਜੋ ਸਾਨੂੰ ਦਿਸਿਆ ਹੈ, ਜੋ ਸਾਡੇ ਨਾਲ ਬੀਤਿਆ, ਅਗਰ ਉਹ ਕਿਸੇ ਮੰਚ 'ਤੇ ਆ ਰਿਹਾ ਤਾਂ ਅੱਛੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਸਾਡਾ ਪਿੱਛਾ ਕੀ ਸੀਗਾ, ਅਸੀਂ ਕਿੱਥੋਂ ਨਿਕਲ ਕੇ ਆਏ। ਠੀਕ, ਬਹੁਤ ਵਧੀਆ ਗੱਲ ਹੈ, ਦਿਖਾਉਣੀ ਚਾਹੀਦੀ ਹੈ। ਬਾਕੀ ਆਪਾਂ ਹਾਸਿਆਂ ਜਗ੍ਹਾ ਦੇਖਦੇ ਰਹਿੰਦੇ ਹਾਂ ਦੁਨੀਆ 'ਚ, ਪਰ ਇਸ ਤਰ੍ਹਾਂ ਦੇ ਸੀਨ ਵੀ ਹੋਣੇ ਚਾਹੀਦੇ। ਥੈਂਕ ਯੂ, ਬਹੁਤ ਅੱਛੀ ਫਿਲਮ, ਇੱਕ ਵੱਖਰਾ ਹਟ ਕੇ ਸਿਸਟਮ। ਹਾਂਜੀ, ਬਹੁਤ ਵਧੀਆ, ਅਗੇਨ ਨਵਾਂ ਕਨਸੈਪਟ, ਡਿਫਰੈਂਟ ਸਟੋਰੀ, ਨਵਾਂ ਟੈਲੈਂਟ ਵੀ ਵਿੱਚ ਕਾਫੀ ਸੀ ਦੇਖਣ ਨੂੰ ਮਿਲਿਆ, ਐਂਡ ਹਾਂ ਪੰਜਾਬੀ ਸਿਨੇਮਾ ਲਈ ਇੱਕ ਹੋਰ ਮੀਲ ਪੱਥਰ, ਵਧੀਆ ਲੱਗੀ।
ਜਦੋਂ ਦੇਖਣ ਲਈ ਸੀਟ ਤੇ ਬੈਠੇ ਸੀਗੇ ਫਸਟ ਹਾਫ ਤੱਕ ਤੁਹਾਨੂੰ ਜਾਂ ਇੰਟਰਵਲ ਤੋਂ ਬਾਅਦ ਤੱਕ ਤੁਹਾਨੂੰ ਮਾਈਂਡ 'ਚ ਸੀਗਾ ਵੀ ਇੱਦਾਂ ਦੀ ਚੀਜ਼ ਦੇਖ ਲੂੰਗੇ ਐਂਡ ਤੱਕ? ਐਕਚੁਅਲੀ ਕੀ ਹੈ ਕਿ ਮੈਂ ਗੈਸ ਨਹੀਂ ਸੀ, ਪਹਿਲਾਂ ਇੱਕ ਮੈਂ ਸਿੰਪਲ ਐਂਟਰਟੇਨਮੈਂਟ ਸਟੋਰੀ ਸੀਗੀ, ਉਸ ਤੋਂ ਬਾਅਦ ਗ੍ਰਾਫ ਕਿਸੇ ਹੋਰ ਪਾਸੇ ਜਾਂਦਾ ਰਿਹਾ, ਐਂਡ 'ਤੇ ਜਾ ਕੇ ਇਟ ਵਾਜ਼ ਵੈਰੀ ਇਮੋਸ਼ਨਲ. ਕੁਛ ਇਹੋ ਜਿਹੀਆਂ ਚੀਜ਼ਾਂ ਜੋ ਛੂਣੀਆਂ ਚਾਹੀਦੀਆਂ ਨੇ ਸਾਡੀਆਂ ਸਰਕਾਰਾਂ ਨੂੰ, ਪੰਚੀਸ ਕੁਛ ਇਸ ਤਰ੍ਹਾਂ ਦੇ ਸੀ ਜਿਹੜੇ ਸੋਚਣ ਨੂੰ ਮਜਬੂਰ ਕਰਦੇ ਆ ਵੀ ਵਾਕਈ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਹਜੇ ਤੱਕ ਅਧੂਰੀਆਂ ਨੇ. ਫਿਲਮਾਂ ਦੇ ਰਾਹੀਂ ਉਹਨੂੰ ਉਭਾਰਿਆ ਗਿਆ ਵਾ, ਅਤੇ ਅੱਛੀ ਚੀਜ਼ ਆ. ਅਤੇ ਇਸ ਭਾਅ ਜੀ ਇਹ ਫਿਲਮ ਦੇ ਵਿੱਚ ਜਿਹੜਾ ਲਾਸਟ ਵਾਲੇ ਕੁਛ 25-30 ਮਿੰਟ ਨੇ ਉਹ ਤੁਸੀਂ ਕਹਿ ਸਕਦੇ ਫਿਲਮ ਦਾ ਫੀਲ ਨਹੀਂ ਦਿੰਦੇ, ਇੱਕ ਥੀਏਟਰ ਦਾ ਡਰਾਮਾ ਦਾ ਫੀਲ ਦਿੰਦੇ ਨੇ ਉਹ ਚੀਜ਼. ਹਾਂਜੀ, ਐਕਚੁਅਲੀ ਕੀ ਹੈ ਫਿਲਮ ਅਤੇ ਡਰਾਮਾ ਦਾ ਮਿਕਸ ਹੈ. ਜੇ ਤੁਸੀਂ ਫਿਲਮ ਦੇਖੀ ਹੋ ਰਿਲੈਸਟਿਕ ਦੇ ਕਾਫੀ ਨੇੜੇ ਲੱਗਦੀ ਹੈ ਤੁਹਾਨੂੰ. ਪਹਿਲੇ ਜਿਹੜਾ ਹਾਫ ਹੈ ਫਸਟ ਹਾਫ ਹੈ ਨਾ, ਉਹਦੇ ਵਿੱਚ ਹਰ ਚੀਜ਼ ਹੈ, ਐਂਟਰਟੇਨਮੈਂਟ ਹੈ, ਰੋਮੈਂਸ ਹੈ, ਤੁਹਾਡਾ ਹਰ ਚੀਜ਼ ਨੂੰ ਪੂਰਾ ਕਰਨ ਵਾਲੀ ਚੀਜ਼ ਹੈ. ਪਰ ਉਸ ਤੋਂ ਬਾਅਦ ਹਾਫ ਤੋਂ ਬਾਅਦ ਇਹ ਜਿਹੜੀ ਚੀਜ਼ ਹੈ ਤੁਹਾਨੂੰ ਥੀਏਟਰ ਦਾ ਮਜ਼ਾ ਵੀ ਦਿੰਦੀ ਹੈ ਜੋ ਅਸੀਂ ਲਾਈਵ ਇੰਜੋਏ ਕਰਦੇ ਹਾਂ ਜਾ ਕੇ ਥੀਏਟਰ ਦੇ ਵਿੱਚ. ਕਾਫੀ ਅੱਛੀਆਂ ਚੀਜ਼ਾਂ ਫਿਲਮ ਦੇ ਵਿੱਚ ਜੋ ਫਿਲਮ ਨੂੰ ਬੰਨਦੀਆਂ ਨੇ, ਨਵੀਆਂ ਦੇਖਣ ਨੂੰ ਮਿਲੀਆਂ ਹਨ. ਕਿਸੇ ਕੋਨਸੈਪਟ ਨੂੰ ਕਿਸ ਤਰ੍ਹਾਂ ਤੁਸੀਂ ਇੱਕੋ ਟਰੈਕ 'ਤੇ ਨਾ ਰੱਖ ਕੇ ਅਗਰ ਟਰੈਕ ਚੇਂਜ ਵੀ ਹੋ ਜਾਵੇ ਤਾਂ ਆਡੀਅੰਸ ਨੂੰ ਜੋੜ ਕੇ ਕਿਵੇਂ ਰੱਖਦੀ ਹੈ. ਸੋ ਜਿੰਨਾ ਟਾਈਮ ਬੈਠੇ ਹਾਂ ਇੰਜੋਏ ਕੀਤਾ ਫਿਲਮ ਨੂੰ. ਇੱਕ ਨਹੀਂ ਦੋ ਫਿਲਮਾਂ ਦੇਖਣ ਨੂੰ ਮਿਲੀਆਂ ਬੇਸਿਕਲੀ, ਮੈਂ ਇਹ ਕਹੂੰਗਾ. ਬਿਲਕੁਲ ਬਿਲਕੁਲ. ਫਸਟ ਹਾਫ ਤੱਕ ਇੱਕ ਹੋਰ ਫਿਲਮ ਸੀਗੀ, ਸੈਕਿੰਡ ਹਾਫ ਕਿਸੇ ਹੋਰ ਫਲੇਵਰ ਦੀ ਫਿਲਮ ਸੀ. ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਚੀਜ਼ ਲਈ ਜੀ, ਤੇ ਆਡੀਅੰਸ ਨੂੰ ਜ਼ਰੂਰ ਅਪੀਲ ਕਰ ਦਿਓ ਫਿਲਮ ਦੇਖਣ ਬਾਰੇ. ਹਾਂਜੀ, ਆਡੀਅੰਸ ਨੂੰ ਮੇਰੀ ਅਪੀਲ ਹੈ ਜੀ, ਅੱਛਾ ਸਿਨੇਮਾ, ਬਹੁਤ ਵਧੀਆ ਸਿਨੇਮਾ, ਹਟ ਕੇ ਸਿਨੇਮਾ. ਆਰਟਿਸਟ ਚਲੋ ਚਾਹੇ ਤੁਸੀਂ ਉਹਨਾਂ ਨੂੰ ਪਹਿਲਾਂ ਜਾਣਦੇ ਹੋ ਹਰੀਸ਼ ਨੂੰ ਜਾਂ ਸ਼ਰਨ ਨੂੰ, ਪਰ ਉਹਨਾਂ ਨੂੰ ਇੱਕ ਡਿਫਰੈਂਟ ਜ਼ੋਨਰ 'ਚ ਦੇਖੋਗੇ, ਡਿਫਰੈਂਟ ਚੇਂਜ ਦੇ ਨਾਲ ਦੇਖੋਗੇ. ਸੋ ਸਾਰਿਆਂ ਨੂੰ ਮੇਰੀ ਇਹ ਅਪੀਲ ਹੈ ਜੀ, ਆਪਣੇ ਨੇੜੇ ਦੇ ਸਿਨੇਮਾ ਘਰਾਂ 'ਚ ਜਾਓ, ਐਪਰੀਸ਼ੀਏਟ ਕਰੋ. ਡਿਫਰੈਂਟ ਸਿਨੇਮਾ ਨੂੰ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਤੁਹਾਡੇ ਲਈ ਹਰ ਵਾਰ ਪ੍ਰੋਡਿਊਸਰਸ ਅਤੇ ਜੋ ਐਕਟਰਸ ਨੇ ਨਵੇਂ ਐਫਰਟਸ ਲੈ ਕੇ ਆਉਣਗੇ. ਗੋ ਐਂਡ ਵਾਚ ਦਿਸ ਮੂਵੀ, ਵਾਚੇਬਲ ਮੂਵੀ ਹੈ, ਯੂ ਵਿਲ ਇੰਜੋਏ ਦੈਟ. ਥੈਂਕ ਯੂ, ਥੈਂਕ ਯੂ, ਥੈਂਕ ਯੂ. ਅੱਜ ਨਵੀਂ ਜਿਹੜੀ ਆ ਫਿਲਮ ਆਈ ਆ ਜੀ, ਅੱਜ ਮੇਰੇ ਬੜੇ ਪਿਆਰੇ ਵੀਰ ਆ ਜਿਹਨਾਂ ਨੇ ਬਣਾਈ, ਇਹਨਾਂ ਨੇ ਆਪਣੇ ਕੰਪੋਜ਼ ਭਾਅ ਜੀ ਹੋਰੀ, ਬਿਲਕੁਲ ਸੰਸਕਾਰ ਭਾਅ ਜੀ ਹੋਰੀ, ਸਾਰੀ ਟੀਮ ਨੇ ਬਹੁਤ ਗੁੱਡ ਐਫਰਟ ਕੀਤਾ, ਬਹੁਤ ਵਧੀਆ. ਅਤੇ ਪੰਚ ਬਹੁਤ ਅੱਛੇ ਆ, ਕੋਮੇਡੀ ਤਾਂ ਜਿਹੜੀ ਆਪਾਂ ਨੂੰ ਚਾਹੀਦੀ ਹੈ ਪੰਜਾਬੀਆਂ ਨੂੰ ਹੈਗੀ ਹੈ ਜੀ, ਜਿਹੜਾ ਇਮੋਸ਼ਨ ਇਹਨਾਂ ਨੇ ਵਿੱਚ ਐਡ ਕੀਤਾ ਉਹ ਬਹੁਤ ਕਮਾਲ ਆ. ਬਿਲਕੁਲ, ਬਹੁਤ ਅੱਛਾ. ਅਤੇ ਲਾਸਟ ਵਿੱਚ ਜਦੋਂ ਤੁਸੀਂ ਸਟਾਰਟਿੰਗ ਫਸਟ ਹਾਫ ਅਤੇ ਸੈਕਿੰਡ ਹਾਫ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਮਤਲਬ ਫਸਟ ਹਾਫ ਦੇ ਆਈਡੀਆ ਹੋ ਗਿਆ ਸੀਗਾ ਵੀ ਸੈਕਿੰਡ ਹਾਫ ਦੇ ਵਿੱਚ? ਨਹੀਂ, ਮੈਨੂੰ ਕੋਈ ਆਈਡੀਆ ਨਹੀਂ ਸੀਗਾ, ਪਹਿਲਾਂ ਮੈਂ ਕੋਮੇਡੀ ਹੋਣੀ ਸਾਰੀ ਕਿਤੇ, ਕੋਮੇਡੀ 'ਚ ਐਂਡ ਕਰ ਦਾਂਗੇ. ਪਹਿਲਾਂ ਸਾਰੀ ਕੋਮੇਡੀ ਚੱਲ ਰਹੀ ਸੀ ਅਤੇ ਜਿਹੜਾ ਐਂਡ ਚੇਂਜ ਕਰ ਲਿਆ, ਬਹੁਤ ਅੱਛਾ ਸੀ.